15 ਸਾਲ ਤੀਸ ਤੋਂ ਵੱਧ ਉਮਰ ਦੀ ਵਿਅਕਤੀਆਂ ਲਈ ਔਰਤਾਂ ਦੀ ਬੇਰੋਜ਼ਗਾਰੀ ਦਰ Q3 ਮਾਲੀਵਰਾ 2024 ਵਿੱਚ 8.6% ਸੀ ਜਿਸ ਵਿੱਚ ਪਿਛਲੀ ਤਿਮਾਹੀ ਤੋਂ ਕੋਈ ਬਦਲਾਅ ਨਹੀਂ ਸੀ ਪਰ Q3 ਮਾਲੀਵਰਾ 2024 ਵਿੱਚ 9.6% ਦੇ ਮੁਕਾਬਲੇ ਘਟ ਸੀ ਦੂਜੇ ਪਾਸੇ ਪੁਰਸ਼ ਬੇਰੋਜ਼ਗਾਰੀ ਪਿਛਲੇ ਮਾਲੀਵਰੀ ਦੀ ਤੀਜੀ ਤਿਮਾਹੀ ਦੇ ਮੁਕਾਬਲੇ 0.2% ਪੁਆਇੰਟ ਅਤੇ 0.7% ਅੰਕ ਘਟ ਕੇ 5.8% ਤੇ ਆ ਗਈ ਹੈ ਪੀਐਲਐਫਐਸ ਨੇ ਅਕਤੂਬਰ ਦਸੰਬਰ ਦੌਰ ਲਈ 44500 44 ਪਰਿਵਾਰਾਂ ਅਤੇ 169209 ਲੋਕਾਂ ਦਾ ਸਰਵੇਖਣ ਕੀਤਾ ਪੀਐਲਐਫਐਸ ਦੁਆਰਾ ਸਰਵੇਖਣ ਕੀਤੇ ਗਏ 22 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਸੀ ਉਸ ਤੋਂ ਬਾਅਦ ਕੇਰਲ, ਜੰਮੂ ਅਤੇ ਕਸ਼ਮੀਰ ਸ਼ਹਿਰੀ ਖੇਤਰਾਂ ਵਿੱਚ ਦੋ ਅੰਕਾਂ ਦੀ ਬੇਰੁਜ਼ਗਾਰੀ ਦੇ ਨਾਲ ਇਹ ਰਾਜ ਔਰਤਾਂ ਦੀ ਬੇਰੁਜ਼ਗਾਰੀ ਦੇ ਮਾਮਲੇ ਵਿੱਚ ਵੀ ਉੱਚੇ ਸਥਾਨ ਤੇ ਨੇ ਮਾਲੀਵਰਾ ਦੇ 2024 ਦੀ ਤਿमाही ਵਿੱਚ ਬੇਰੁਜ਼ਗਾਰੀ ਦੀ ਦਰ 6.5% ਤੱਕ ਘਟੀ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ 25% ਤੱਕ ਵਧੀ